ਸਮੇਂ ਦੀਆਂ ਸਰਕਾਰਾਂ ਵੱਲੋਂ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕਰ ਅਖ਼ਬਾਰਾਂ ਨੂੰ ਭਰਿਆ ਜਾਂਦਾ ਹੈ, ਪਰ ਗਰਾਊਂਡ ਲੈਵਲ 'ਤੇ ਵਿਕਾਸ ਕਾਰਜ ਦੀ ਪੋਲ ਖੋਲਦੀ ਉਸ ਸਮੇਂ ਸਾਹਮਣੇ ਆਉਂਦੀ ਹੈ ਜਦੋਂ ਵਿਕਾਸ ਕਾਰਜ ਦੇ ਦਾਅਵਿਆਂ ਦੀ ਭੇਟ ਆਮ ਪਬਲਿਕ ਹੁੰਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਜ਼ਿਲ੍ਹੇ ਦਾ। ਇੱਥੇ ਹਲਕਾ ਕੋਟਕਪੂਰਾ ਦਲਾਲੇਆਣਾ ਰੋਡ 'ਤੇ ਵਾਰਡ ਨੰਬਰ 29 ਦੇ ਪਟੇਲ ਨਗਰ ਵਿੱਚ ਨਗਰ ਕੌਂਸਲਰ ਦੀ ਲਾਪਰਵਾਹੀ ਨਾਲ ਇੱਕ ਬਿਰਧ ਔਰਤ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਿਕ ਪਿਛਲੇ ਕਾਫੀ ਦਿਨਾਂ ਤੋਂ ਇਸ ਇਲਾਕੇ ਦੀਆਂ ਗਲੀਆਂ ਗੰਦੀਆਂ ਪਾਣੀ ਨਾਲ ਭਰੀਆਂ ਹੋਈਆਂ ਸਨ। ਚਾਰੇ ਪਾਸੇ ਕੋਈ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਸੀ, ਜਿਸ ਦੇ ਚੱਲਦੇ ਪਟਿਆਲ ਨਗਰ ਗਲੀ ਨੰਬਰ 1 ਦੀ ਰਹਿਣ ਵਾਲੀ ਕਰਤਾਰ ਕੌਰ ਨੂੰ ਗਲੀ ਵਿੱਚ ਭਰੇ ਪਏ ਗੰਦੇ ਪਾਣੀ ਵਿੱਚੋਂ ਲੰਘਦੇ ਸਮੇਂ ਕਠਿਤ ਤੌਰ 'ਤੇ ਪਰਿਵਾਰਿਕ ਮੁਤਾਬਿਕ ਕਿਸੇ ਜ਼ਹਿਰੀਲੇ ਜਾਨਵਰ ਨੇ ਕੱਟ ਲਿਆ ਅਤੇ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ। ਮੌਤ ਦੇ ਕਾਰਨ ਗਲੀ ਵਿੱਚ ਭਰੇ ਪਾਣੀ ਦੀ ਗੰਦਗੀ ਦੱਸੀ ਜਾ ਰਹੀ ਹੈ। ਨਗਰ ਕੌਂਸਲ ਕੋਟਕਪੂਰਾ ਅਤੇ ਸਰਕਾਰ ਦੇ ਵਿਕਾਸ ਕਾਰਜਾਂ ਦੇ ਦਾਅਵੇ ਦੀ ਪੋਲ ਖੁੱਲਦੀ ਹੈ। ਇਸ ਹਾਦਸੇ ਤੋਂ ਬਾਅਦ ਕੁਰਬਾਨੀ ਨੀਂਹ ਦੇ ਜਾਗੇ ਪ੍ਰਸ਼ਾਸਨ ਵੱਲੋਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸਰ ਨੇ ਜਾਇਜ਼ਾ ਲਿਆ ਅਤੇ ਪੀੜਿਤ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਹੈ। ਮਦਰ ਕੀ ਦਿੱਤੀ ਐਸੀ ਹੋਈ ਕਿ ਹਮਾਰੀ ਗਲੀ ਮੇਂ ਪਾਣੀ ਬਹੁਤ ਖੜਾ ਥਾ ਜੀ, ਸਾਡੇ ਮਾਤਾ ਜੀ ਹਨੇਰੇ ਤੁਰੇ ਆਉਂਦੇ ਸੀ, ਕੋਈ ਪਾਣੀ ਵਾਹਵਾ ਖੜ੍ਹੇ ਹੋਣ ਕਾਰਨ ਜੀ ਤਾਂ ਉਹ ਜ਼ਹਿਰੀਲੀ ਇੰਨੀ ਜ਼ਹਿਰੀਲੀ ਚੀਜ਼ ਲੜੀ ਕਿ ਉਹਨਾਂ ਦੀ ਡੈਥ ਹੋ ਗਈ ਜੀ। ਅਤੇ ਹੁਣ ਦੇਖ ਲਓ ਉਹਦੀ ਲੱਤ, ਤੁਸੀਂ ਦੇਖ ਹੀ ਰਹੇ ਹੋ ਇਹ ਲੱਤ ਕਿੰਨੀ ਗਲੀ ਵੀ ਹੈ ਜੀ, ਇੰਨੀ ਜ਼ਹਿਰੀਲੀ ਚੀਜ਼ ਸੀ। ਬਾਕੀ ਅਸੀਂ ਨਗਰ ਕੌਂਸਲ ਦੀ ਵੀ ਅਣਗਹਿਲੀ ਮੰਨਦੇ ਹਾਂ ਵੀ ਬਹੁਤ ਵਾਰੀ ਗਏ ਉਹਨਾਂ ਦੇ ਕੋਲ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਆਪਣੇ ਨਗਰ ਕੌਂਸਲ ਕੋ ਬੋਲਾ ਵੀ ਹਮਾਰੇ ਯਹਾਂ ਪਾਣੀ ਕਾ ਨਿਕਾਸੀ ਨਹੀਂ ਹੈ, ਪਾਣੀ ਖੜਾ ਹੈ? ਹਾਂਜੀ ਬੋਲਿਆ ਜੀ, ਤਿੰਨ ਚਾਰ ਵਾਰੀ ਗਏ ਜੀ ਉਹਨਾਂ ਕੋਲੇ, ਪਰ ਮੈਂ ਹੁਣ ਸਪੋਟ ਸਾਰਾ ਦੇਖ ਕੇ ਆਇਆ ਤੁਹਾਡੇ ਸਾਹਮਣੇ, ਗਲੀ ਨੱਕੋ ਨੱਕ ਪਾਣੀ ਨਾਲ ਭਰੀ ਪਈ ਹੈ। ਇੱਕ ਬੰਦਾ ਗਲੀ 'ਚ ਪੈਰ ਰੱਖ ਕੇ ਦੂਜੇ ਕੋਲ ਨਹੀਂ ਜਾ ਸਕਦਾ, ਉਹਦੇ ਵਾਸਤੇ ਇਹਨਾਂ ਨੇ ਮੁੰਡਿਆਂ ਨੇ ਬਾਂਸ ਬੂੰਸ ਰੱਖੇ। ਔਰ ਮੈਂ ਉਸ ਡੈਡ ਬੋਡੀ ਨੂੰ ਵੀ ਦੇਖ ਕੇ ਆਇਆ ਜਿਹਦੇ ਕਿਸੇ ਕਾਰਨ ਕਰਕੇ ਡੈਥ ਹੋ ਗਈ, ਜੋ ਮੈਨੂੰ ਦੱਸਿਆ ਗਿਆ ਵੀ ਇਸ ਪਾਣੀ ਦੇ ਅੰਦਰੋਂ ਹੀ ਕੋਈ ਜ਼ਹਿਰੀਲੀ ਚੀਜ਼ ਉਹਦੇ ਲੜੀ ਹੈ, ਉਹਦੇ ਨਾਲ ਡੈਥ ਹੋ ਗਈ। ਮੈਂ ਇਹਨਾਂ ਪਰਿਵਾਰ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਇੱਕ ਵਾਰੀ ਬੋਡੀ ਦਾ ਪੋਸਟਮਾਰਟਮ ਕਰਾਓ, ਸਾਨੂੰ ਆਫਿਸ਼ੀਅਲੀ ਪਤਾ ਲੱਗੇ ਵੀ ਡੈਥ ਹੋਈ ਕਿਵੇਂ, ਫਿਰ ਅਗਲੀ ਪੜਤਾਲ ਤੋਂ ਇਹ ਪਤਾ ਲੱਗੇਗਾ ਵੀ ਇਹਦੇ ਜ਼ਿੰਮੇਵਾਰ ਕੌਣ ਹੈ। ਜਿਹੜਾ ਵੀ ਕੋਈ ਜ਼ਿੰਮੇਵਾਰ ਅਧਿਕਾਰੀ ਕਰਮਚਾਰੀ ਹੋਊਗਾ ਫਿਰ ਅਸੀਂ ਉਹਦੇ ਖਿਲਾਫ਼ ਐਕਸ਼ਨ ਲੈ ਸਕਦੇ। ਹੁਣ ਦੂਸਰਾ ਪੁਆਇੰਟ ਆ ਗਿਆ ਇਸ ਏਰੀਏ ਦੇ ਸੀਵਰੇਜ ਬਾਰੇ। ਮੇਰੀ ਸਿਰਫ 5 ਮਿੰਟ ਪਹਿਲਾਂ ਹੀ ਚੀਫ ਇੰਜੀਨੀਅਰ ਸੀਵਰੇਜ ਬੋਰਡ ਨਾਲ ਗੱਲ ਹੋਈ ਹੈ, ਮੇਰੇ ਆਫਿਸ ਬੈਠੇ ਫਰੀਦਕੋਟ, ਮੈਂ ਉਹਨਾਂ ਨੂੰ ਇੱਥੇ ਹੀ ਬੁਲਾਇਆ। ਉਹਨਾਂ ਨੂੰ ਹੋਰ ਅੱਧੇ ਘੰਟੇ 'ਚ ਇੱਥੇ ਪਹੁੰਚ ਜਾਣਾ ਚਾਹੀਦਾ ਔਰ ਮੈਂ ਉਹਨਾਂ ਨੂੰ ਲੈ ਕੇ ਫਿਰ ਇੱਥੇ ਆਊਂਗਾ। ਸਰ ਇਹ ਇਸ ਏਰੀਏ ਮੇਂ ਕਾਫੀ ਜਗ੍ਹਾ ਐਸੀ ਹੈ ਜੋ ਨਾਲੀਆਂ ਵਗੈਰਾ, ਕਾਫੀ ਖਬਰੇ ਵੀ ਲੱਗ ਰਹੀਆਂ ਪੇਪਰੋਂ ਮੇਂ, ਪਰ ਪ੍ਰਸ਼ਾਸਨ ਜੋ ਹੈ ਬਿਲਕੁਲ ਵੀ ਜੂ ਨਹੀਂ ਸਕਦੀ ਉਸਦੇ। ਪ੍ਰਸ਼ਾਸਨ ਦੇ ਜੂਨ ਸਰਕਲ ਦਾ ਕੰਮ ਨਹੀਂ ਹੈ, ਇਹ ਲੋਕਲ ਮਿਊਨਿਸਪਲ ਕਮੇਟੀ ਦਾ ਕੰਮ ਹੈ। ਔਰ ਫਰੀਦਕੋਟ ਤੋਂ ਜਗਤਾਰ ਦੋਸਾਂਝ, ਜੀਵੇ ਪੰਜਾਬ ਟੀਵੀ।